स्वागत है किसान वीरों तुहाडा अपने यूट्यूब चैनल ढिल्लों डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे आ उन्हां नूं रिक्वेस्ट आ कि अपने यूट्यूब चैनल जरूर सबसक्राइब कर लिओ ते नाल लग्गिया बैल आइकॉन दा बटन जरूर प्रेस कर दिओ तां जो अपनी हर नवीं आउण वाली वीडियो दा नोटिफिकेशन सब तों पहलां तुहानूं मिल सके। सो किसे वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84 270 19 817। सो वीरो दो झोटियां ए4 सेल, इक पहला सूआ ते इक दूजा सूआ, अगे करदे वीर नाल गलबात। सत श्री अकाल भाई। हाँ जी वीरे, नाम एड्रैस बोल दो जी अपना। पिंड भाई दीपगढ़, जिला बरनाला, नाम मेरा सेव सिंह। ते मोबाइल नंबर बोलियो वीर। 9725 47 455। 9725 47 455। हाँ जी हाँ जी वीरे, दोनों नग सेल आई। दोनों नग सेल आ भाई। पहले नंबर ते आपां झोटी देख रहे वीरे, एक कनवा सूआ सुनी है जी, पलून कट्टी है भाई। ਤੇ ਕਿੰਨੇ ਕੁ ਦਿਨ ਬਾਕੀ ਇਹਦੇ? ਇਹਦੇ ਹੈ ਜੀ 10 ਦਿਨ ਬਾਕੀ ਹੈ ਜੀ। 10 ਦਿਨ ਸੂਣ ਦੇ ਵਿੱਚ ਬਾਕੀ। ਤੇ ਦੁੱਧ ਵਗੈਰਾ ਕਿੰਨੇ ਕੁ ਪਾ ਦੂਗੀ ਜੀ? ਦੁੱਧ ਇਹ ਪਾ ਦੂ ਜੀ 12-13 ਕਿਲੋ। 12-13 ਕਿਲੋ। ਹਾਂਜੀ ਹਾਂਜੀ। ਤੇ ਖੋਲ ਲਿਓ ਬਾਹਰ ਨੂੰ ਜੀ। ਸਵੇਰ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ। ਪਹਿਲਾ ਸੂਆ ਹੈ, ਝੋਟੀ ਸੂਣੀ ਆ ਪਰੂਣ। ਦੰਦੋ ਤਾਂ ਨਹੀਂ ਦੇਖੀ ਵੀਰੇ ਕਿਵੇਂ ਆ? ਨਹੀਂ ਭਾਈ, ਦੰਦੋ ਨਹੀਂ ਦੇਖੀ। ਸਵੇਰ ਦੰਦੋ ਵੀਰ ਨੇ ਦੇਖੀ ਨਹੀਂ ਗੀ। ਤੇ 10-12-13 ਕਿਲੋ ਦੁੱਧ ਆਰਾਮ ਨਾਲ ਪਾ ਦੂ ਜੀ, 12 ਕਿਲੋ। ਆ ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਸ਼ਕੀਨ ਕੁੰਡੇ ਸਿੰਘਾਂ ਦੀ ਝੋਟੀ ਆ। ਅਤੇ ਬਾਕੀ ਪੈਠ ਪੂੜਾ ਸਰੀਰਕ ਬਣਦਾ ਦੇਖ ਕੇ ਤਾਂ ਨਿੱਕਰ ਬਹੁਤ ਜ਼ਿਆਦਾ ਆ। 10 ਕੁ ਦਿਨ ਵੀਰ ਦੱਸਦਾ ਪਿਆ ਸੂਣ 'ਚ ਬਾਕੀ ਆ। ਆਹ ਥਣ ਹਵਾਨਾ ਨੇੜ ਤੋਂ ਦੇਖ ਸਕਦੇ ਹੋ, ਸਾਫ਼ ਸੁਥਰਾ, ਚਾਰੇ ਥਣ ਨਿੱਖੜਵੇਂ ਸੋਹਣੇ ਗੈਪ 'ਤੇ ਲੱਗੇ ਹੋਏ ਆ। ਅਤੇ ਪੂਰੀ ਚੰਗੀ ਸਮੀ ਬਲੀ ਹੋਈ ਕੱਟੀ ਹੈਗੀ। ਅਤੇ ਪਹਿਲਾ ਸੂਆ ਪਲੂਣ ਸੂਰੀ ਆ। ਮੈਂ ਆਪਣੇ ਪਿੰਡ ਤੋਂ ਵੀਡੀਓ ਕਵਰ ਕਰ ਰਿਹਾ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। 11 ਤਰੀਕ ਨੂੰ ਸ਼ਾਮ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ, ਉਹ ਸਭ ਤੁਸੀਂ ਗੈਸ ਕਰ ਲਿਓ। ਅਤੇ ਥਣ ਹਵਾਨਾ ਪੂਰਾ ਸੋਹਣਾ ਨਿੱਖਣ ਵਾ। ਇੱਕ ਵਾਰ ਆਪਾਂ ਨੇੜ ਤੋਂ ਫੇਰ ਦਿਖਾ ਦਿੰਦੇ ਰੋਕ ਕੇ। ਫਿਰ ਉਹ ਥਣ ਚਾਰੇ ਸਹੀ ਆ, ਓਕੇ ਆ, ਸੋਹਣੇ ਗੈਪ 'ਤੇ ਲੱਗੇ ਹੈਗੇ। 10 ਕੁ ਦਿਨ ਵੀਰ ਨੇ ਦੱਸਿਆ ਇਹਦੇ ਬਾਕੀ ਹੈਗੇ। ਹਾਂਜੀ ਵੀਰ, 2 ਨੰਬਰ ਵਾਲੀ ਝੋਟੀ ਹੈ, ਕਿੰਨਾ ਸੂਆ ਸੁਣੀ ਹੈ? ਦੂਜਾ ਸੂਆ ਸੁਣੀ ਹੈ। ਪਹਿਲੇ ਸੂਏ ਦੁੱਧ ਕਿੰਨਾ ਪਾਇਆ ਨੇ? ਦੁੱਧ 14 ਲੀਟਰ ਦੁੱਧ ਪਾਇਆ ਜੀ ਪਹਿਲੇ। ਅਤੇ ਇਸ ਵਾਰ ਜਾਊ 14-15 ਤੋਂ ਬਾਅਦ 15-16 ਲੀਟਰ ਆਰਾਮ ਨਾਲ ਖੁੱਲ੍ਹਾ ਪਊਗੀ। ਅਤੇ ਦਿਨ ਕਿੰਨੇ ਕੁ ਬਾਕੀ ਇਹਦੇ? ਦਿਨ ਇਹਦੀ 5 ਦਿਨ ਬਾਕੀ ਹੈ ਜੀ। 5 ਦਿਨ ਬਾਕੀ। ਅਤੇ ਸੀਮਨ ਪਤਾ ਕਿਹੜਾ ਲੱਗਿਆ? ਕਿਲੋ ਦੁੱਧ ਵੀਰ ਦੱਸਦਾ ਪਹਿਲੇ ਸਵੇਰ ਦਾ ਪਾਇਆ ਹੋਇਆ। ਥਣ ਹਵਾਨਾ ਦੇਖ ਸਕਦੇ, ਬਹੁਤ ਹੀ ਸੋਹਣਾ ਨਿਖਣ ਵਾ। ਚਾਰੇ ਥਣ ਜਮਾਂ ਗੈਪ ਤੇ ਲੱਗੇ ਹੋਇਆ, ਪੂਰਾ ਮੁੱਠੀ ਵਾਲਾ ਥਣ ਲੱਗਿਆ ਹੋਇਆ। ਦੂਜਾ ਸੂਆ ਇਹ ਝੋਟੀ ਸੂਰੀ ਆ, ਇਹ ਵੀ ਚੰਗੀ ਸਮੀ ਬਲੀ ਹੋਈ ਆ। ਸਿੰਘ ਮੂੰਹ ਮੱਥੇ ਦੀ ਕੱਟੀ ਸੋਹਣੀ ਹੈਗੀ। ਥਣ ਹਵਾਨਾ ਬਹੁਤ ਸੋਹਣਾ ਲੱਗਿਆ ਮੁੱਠੀ ਵਾਲਾ। ਇਸ ਤੋਂ ਉਮੀਦ ਹੈ ਕਿਉਂਕਿ 13 ਕਿਲੋ ਦੇ ਲੱਗ ਸਕਦੇ ਦੁੱਧ ਪਹਿਲੇ ਸਵੇਰ ਪਾਇਆ ਹੋਇਆ, ਤਾਂ ਦੂਜੇ ਸਵੇਰ ਨੂੰ ਮੜਕ ਲਈ ਪਸ਼ੂ 2-3 ਕਿਲੋ ਦੁੱਧ ਵੱਧ ਜਾਂਦਾ ਹੁੰਦਾ। ਥਣ ਹਵਾਨਾ ਨੇੜ ਤੋਂ ਇਸਦੇ ਦੇਖ ਸਕਦੇ ਹੋ, ਪੂਰਾ ਸੋਹਣਾ ਥਣ ਹਵਾਨਾ ਗੈਪ 'ਤੇ ਲੱਗਿਆ ਹੋਇਆ। 5 ਦਿਨ ਇਹਦੇ ਬਾਕੀ ਆ। ਅਤੇ ਵੀਰੋ, ਡਿਮਾਂਡ ਕੀ ਹੋਈ ਇਹਨਾਂ ਦੀ? ਡਿਮਾਂਡ ਬਾਈ ਫੋਨ 'ਤੇ ਕਰਾਂਗੇ। ਸੋ ਵੀਰੋ, ਡਿਮਾਂਡ ਤੁਸੀਂ ਫੋਨ 'ਤੇ ਪਤਾ ਕਰ ਸਕਦੇ ਹੋ। ਇਹ ਦੂਜੇ ਸੂਏ ਸੂਣ 'ਚ 5 ਦਿਨ ਬਾਕੀ, ਅਤੇ ਪਹਿਲਾ ਸੂਆ ਸੂਣ ਦੇ ਵਿੱਚ ਇਹਦੇ 10 ਦਿਨ ਬਾਕੀ ਆ। ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਅਤੇ ਵੀਰੋ, ਮੋਬਾਈਲ ਨੰਬਰ ਇੱਕ ਵਾਰ ਫਿਰ ਬੋਲ ਦਿਓ ਜੀ। 9725 47 455 9725 47 455। ਇਹ ਦੋਨੇ ਨਗ ਸੇਲ ਆ। ਇਹਨਾਂ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ। ਸੋ ਬਣੇ ਰਹੋ ਆਪਣੇ ਯੂਟਿਊਬ ਚੈਨਲ 'ਤੇ ਡੇਅਰੀ ਫਾਰਮ ਬਰਨਾਲਾ ਦੇ ਨਾਲ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।